ਦੂਜੇ ਨਾਲ ਬੰਦੇ ਤਜਰਬਾ ਵਿੱਚ ਹੋ ਜਾਂਦਾ ਨਾ। ਮੈਂ ਉਦੋਂ ਹੀ ਆਖਿਆ, ਮੈਂ ਬਿੱਲੀ ਨੂੰ ਵੀ ਆਖਿਆ ਸੀ। ਅੱਛਾ, ਅਤੇ ਇਹਨਾਂ ਨੂੰ ਜੇ ਪਤਾ ਸੀ ਕਿ ਕੁੜੀ ਨਹੀਂ ਰਜ਼ਾਮੰਦ? ਨਹੀਂ ਨਹੀਂ, ਪਹਿਲਾਂ ਹੈ ਹੀ ਨਹੀਂ ਸੀ ਕਿਸੇ ਨੂੰ ਕੋਈ ਪਤਾ ਨਹੀਂ। ਮੈਂ ਤਾਂ ਮਹਿੰਦੀ ਉਹਦੇ ਕੋਲ ਸਨ, ਮੈਂ ਉਹਨਾਂ ਦੇ ਲੱਛਣ ਵੇਖ ਕੇ ਮੁੰਡੇ ਦੇ ਮੁੰਡਾ ਲੋੜੀਆ ਸੀ, ਹੁਸ਼ਿਆਰ ਸੀ, ਇੱਥੇ ਰਹਿੰਦਾ ਸੀ, ਤਾਂ ਮੈਨੂੰ ਪਤਾ ਲੱਗਿਆ। ਕਿਸੇ ਨੂੰ ਕੋਈ ਪਤਾ ਨਹੀਂ ਸੀ। ਜਿਹੜਾ ਨੀ ਕੈਸਟਰ ਹੈ, ਕਸਟਰੈਲ, ਹਾਂ ਕਸਟਰੈਲ, ਕਸਟਰੈਲ ਹੁੰਦਾ ਉਹ, ਅਤੇ ਉਸ ਬਦਾਮ ਰੋਗਨ ਮਿਕਸ ਕਰਕੇ ਲਈਏ ਅਤੇ ਵਾਲ ਜਿਹੜੇ ਨੇ ਨਾ ਉਹ ਉੱਗਦੇ ਨੇ। ਇੱਕ ਹੁੰਦਾ ਕਸਟਰ ਜਿਹਦੇ ਨਾਲ ਸਾਬਣ ਬਣਦਾ, ਇੱਕ ਹੁੰਦਾ ਕਸਟਰ ਜਿਹੜਾ ਬੀਬੀਆਂ ਨੇ ਪੀਂਦੀਆਂ ਉਹੀ ਨਾ ਆਇਲ ਆਇਲ, ਉਹਦੇ ਵਿੱਚ ਕੀ ਪਾ ਕੇ ਬਦਾਮ ਰੋਗਨ। ਅੱਛਾ ਅੱਛਾ, ਉਹਦੇ ਨਾਲ ਕੀ ਹੁੰਦਾ? ਵਾਲ ਵੱਧ ਜਾਣ। ਅੱਛਾ, ਇਸੇ ਲਈ ਨੇ ਮੈਨੂੰ ਉੱਥੇ ਦਿੱਤਾ ਬਦਾਮ ਰੋਗਨ, ਸੂਸ਼ੀ ਦਾ ਇੰਨਾ ਪਿਆ। ਹਾਂ, ਬੜਾ ਮਹਿੰਗਾ ਹੁੰਦਾ। ਆਹੋ, ਮੇਰੇ ਕੰਨਾਂ 'ਚ ਹੋ ਗਏ ਸੀ ਨਾ ਗਰਮੀ, ਖੁਸ਼ਕੀ ਨਾਲ ਸੁਣਿਆ ਨਹੀਂ ਸੀ ਜਾਂਦਾ, ਅਤੇ ਉਹ ਮੈਨੂੰ ਦੇ ਕੇ ਗਈ ਸੀ ਅਸੀਂ ਬਾਜੀ ਇਹਨੂੰ ਨਾ, ਅਜੇ ਕੰਨਾਂ 'ਚ ਫੇਰੀ ਦੇ ਉਹਨੂੰ ਲਾ ਕੇ ਨਾ, ਅਤੇ ਕੰਨ 'ਚ ਹੋਰ ਸੌਣ ਲੱਗਿਆ ਲਾਇਆ ਕਰ, ਤੁਹਾਨੂੰ ਗਰਮੀ ਖੁਸ਼ਕੀ ਨਾਲ ਸੁਣਿਆ ਜਾਂਦਾ। ਅਤੇ ਮੈਂ 2-3 ਵਾਰੀ ਕੀਤਾ ਪਿਆ ਉਦੋਂ ਦਾ। ਅੱਛਾ, ਸਾਡੀਆਂ ਜੂਆਂ ਕੱਢਦੇ ਆ, ਮੈਨੂੰ ਭਾਬੀ ਫਾਹਰਾ ਯਾਦ ਆ, ਬੈਠੀ ਬੈਠੀ ਜੂਆਂ ਨੂੰ ਕੱਢ ਦਿੰਦੇ। ਇਹ ਜਿਹੜੀ ਉਮਾਂ ਦੀ ਅੰਮੀ ਹੈ ਨਾ, ਉਹ ਵੀ ਇੰਝ ਹੀ ਕਰਦੀ ਸੀ, ਵਹਿੰਦੀ ਨਹੀਂ ਸੀ ਹੁੰਦੀ, ਝੋਲੀ 'ਚ ਪਾ ਕੇ ਨਾ, ਅਤੇ ਇੰਜ ਅੰਜ ਕਰਕੇ ਨਾ ਟੋ ਟੋ ਕੇ ਇੰਜ ਲੀਖਾਂ ਕੱਢਦੀ ਹੁੰਦੀ ਸੀ, ਇੰਜ ਜੂਆਂ ਕੱਢਦੀ ਹੁੰਦੀ ਸੀ ਉਮਾਂ ਦੀ ਅੰਮੀ ਦੀ। ਉਸਮਾ ਦੀ ਹੁਣ ਨਜ਼ਰ ਜਿਹੜੀ ਹੈ ਨਾ, ਉਸਮਾ ਦੀ ਵੀ ਫਿਰ ਜਾਂਦੀ ਆਈ ਸਾਈਡ ਮੇਰੇ ਖਿਆਲ 'ਚ ਵੀਕਸ। ਬੰਦਾ ਜਦੋਂ ਘਰੋਂ ਦੁਖੀ ਹੁੰਦਾ ਨਾ, ਪਰੇਸ਼ਾਨ ਹੁੰਦਾ ਨਾ, ਸਭ ਤੋਂ ਪਹਿਲਾਂ ਬੰਦੇ ਨੂੰ ਆਪਣੇ ਆਪ ਨੇ ਬਿਮਾਰੀਆਂ ਲੱਗਦੀਆਂ, ਟੈਨਸ਼ਨ 'ਚ ਰਹਿੰਦੀ ਹੋਈ ਹਾੜ ਜੀ ਵੀ ਜ਼ਿੰਦਗੀ ਬੱਚੇ ਨਜ਼ਰ ਆਉਂਦੇ ਨੇ, ਮੀਂਹ ਦਾ ਹਾਲਾਤ ਕੁਝ ਹੈ ਹੀ ਨਹੀਂ। ਕਹਿੰਦੀ ਇੱਕ ਦਿਨ ਗੱਡੀ ਕੱਢੀ ਸਰ। ਅੱਛਾ, ਅਤੇ 600 ਰੁਪਈਆ ਦਿੱਤਾ ਸਰ, 200 ਰੁਪਈਆ ਫਿਰ ਆਪੇ। ਗੱਡੀ ਖਿਲਾਰੀ ਕਿੱਥੇ? ਦਰਵਾਜ਼ੇ ਤਾਂ ਅੱਗੇ ਹੁੰਦੀ, ਉਦੋਂ ਦੁਕਾਨ ਦੇ ਵਿੱਚ ਸੀ, ਬੰਦ ਕੀਤੀ ਸੀ। ਦੁਕਾਨ ਕਿੱਥੇ? ਸਾਡਾ ਸਾਹਮਣੇ ਪਲਾਟ ਨੇ, ਉੱਥੇ 2 ਦੁਕਾਨਾਂ, ਉੱਥੇ ਸਾਗ ਘਰ ਦੇ ਗੇਟ ਦੇ ਨਾਲ ਮੈਂ ਉਹ ਦੁਕਾਨ ਦੇ ਵਿੱਚ ਰੱਖੀ ਸੀ। ਉਹ ਆਉਂਦੀ ਕੱਢੀ ਸੀ ਇੱਕ ਦਿਨ, ਉਹ ਨਵੀਂ ਜੇ ਗੱਡੀ? ਹਾਂ ਆਹੋ, ਨਵੀਂ ਤਾਂ ਨਹੀਂ, 1.5 ਸਾਲ ਹੋ ਗਿਆ ਉਹ ਵੀ। ਨਹੀਂ, ਜਿਹੜੀਆਂ ਕਿਸ਼ਤਾਂ ਕਰਦੇ ਕਹਿੰਦੇ ਸੁੱਖੀ। ਆਹੋ, ਤੇ ਉਹ ਤੇ ਅਜ਼ਰ ਭਾਈ ਨੇ ਵੀ ਨਵੀਂ ਗੱਡੀ ਮਾਰੀ ਵੇਖੀ ਹੈ? ਨਹੀਂ ਨਹੀਂ, ਅਜ਼ਰ ਭਾਈ ਦੀ ਨਹੀਂ, ਉਹ ਆਹ ਇਕੱਠੀਆਂ ਨੇ, ਉਹ ਸ਼ਹਿਜ਼ਾਦ ਨੇ ਲਈ ਸੀ ਨਾ ਗੱਡੀ, ਉਹ ਸ਼ਹਿਜ਼ਾਦ ਨੇ ਲਈ ਸੀ। ਅਜ਼ਰ ਦੀ ਤੇ ਤੁਸੀਂ ਕਹਿੰਦੇ ਸੋਨੇ ਵੇਚਣੀ ਸੀ ਛੜੀ? ਆਹ, ਤੋ ਵੇਚੜੀ ਸੋਨਾ, ਇਹ ਹੁਣ ਨਵੀਂ ਲਈ ਸੀ, ਨਵੀਂ ਨਹੀਂ ਸੀ ਲਈ। ਇਹ ਸ਼ਹਿਜ਼ਾਦ ਦੀ, ਸ਼ਹਿਜ਼ਾਦ ਨੇ ਕਿਹਾ ਕਿ ਮੈਂ ਇਹ ਗੱਡੀ ਨਹੀਂ ਚਲਾਣੀ, ਮੈਨੂੰ ਚਾਹੀਦੀ ਹੈ ਆ ਜਿਹੜਾ ਆਟੋ ਰਕਸ਼ਾ ਨਹੀਂ ਹੁੰਦਾ, ਹਾਂ ਉਹ ਲੈ ਕੇ ਦਿਓ। ਅੱਛਾ, ਇਹਨਾਂ ਨੇ ਨਾ ਫਿਰ ਸਾਰਿਆਂ ਭਰਾਵਾਂ ਨੇ ਰਲ ਕੇ, ਜਾਂ ਉਹਨੇ ਹੀ, ਹਾਂ ਦਨਾਨ ਨੇ ਜਾਂ ਕਿਹਦੇ, ਇਹਨਾਂ ਨੂੰ ਪਤਾ ਹੋਵੇ। ਅੱਛਾ ਅੱਛਾ, 2.5 ਲੱਖ ਦਾ ਨਾ ਲੈ ਕੇ ਦਿੱਤਾ ਉਹਨੇ ਰਿਕਸ਼ਾ, ਆਟੋ ਰਕਸ਼ਾ 2.5 ਲੱਖ ਦਾ। ਉਹ ਫਿਰ ਨਾ ਇਹਨਾਂ ਨੇ ਨਾ ਇਹ ਗੱਡੀ ਜਿਹੜੀ ਨਾ ਵੇਚਣੀ ਲਾ ਤੀ ਅਤੇ। ਅੱਛਾ, ਅਤੇ ਸ਼ਹਿਜ਼ਾਦ ਮੈਨੂੰ ਆਉਂਦਾ ਕਿ ਚੰਗੇ ਭਲੇ ਪੈਸੇ ਕੋਲ ਆ ਜਾਣੇ ਸਨ, 30,000 ਰੁਪਈਆ ਦਿੰਦੇ ਸਨ ਪਿਓ, ਅਤੇ ਮੈਂ 5 'ਤੇ ਅੜ ਗਿਆ, ਮੈਂ 35 ਲੈਣਾ। ਅੱਛਾ, ਅਤੇ ਗੱਡੀ ਨਹੀਂ ਵਿਕੀ। ਉਹਨਾਂ ਦੇ ਜਿਹੜੀ ਭਾਜੀ ਬੀਨਾ ਦੇ ਮੀਆਂ ਕੋਲ ਵੀ ਸੀ, ਉਹਨਾਂ ਨੇ ਵੀ ਵੇਚੜੀ, ਪਤਾ ਵੇਚੜੀ ਹੋਣੀ ਉਹਨਾਂ ਨੇ, ਕਿਹੜੀ ਚਲਾਉਣੀ ਸੀ ਜਿਹੜੀ ਉਹਨਾਂ ਰੱਖਣੀ ਸੀ, ਅਤੇ ਉਹ ਵਾਲੀ ਨਹੀਂ ਲਾਉਂਦਾ ਨਾ ਬਾਈ ਅਜ਼ਰ, ਇਹਨਾਂ ਨੂੰ ਪਤਾ ਹੀ ਨਹੀਂ। ਉਹ ਫਿਰ ਇਹ ਗਿਆ ਜਦੋਂ ਸਾਡੀ ਗੱਡੀ ਚਲਾਉਂਦਾ ਸੀ, ਜਦੋਂ ਚਾਂਦ ਆ ਗਿਆ ਨਾ, ਅਤੇ
ਨਾਲੇ ਚਿਨਾ ਕੇ ਬਾਜ 500 ਤਾਂ ਬਾਜੀ ਨੂੰ ਦੇ ਛੱਡਦਾ, ਬਾਜੀ ਬਾਕੀ ਕੀ ਬਚਦਾ। ਅਸਾਂ ਨਾ ਕੋਈ ਸੁਣ ਸੁਣ ਕੇ ਚੁੱਪ ਕਰ ਰਹਿਣ। ਉਹ ਜਦੋਂ ਅਜ਼ਹਰ ਆਇਆ ਨਾ ਤਾਂ ਚਾਂਦ ਫਿਰ ਦੋ ਦਿਨ ਵਾਹੀ ਉਸ, ਫਿਰ ਉਹਨੂੰ ਸ਼ਹਿਜ਼ਾਦ ਸਲਮਾਨ ਨੂੰ ਆਉਂਦਾ ਕਿ ਭਾਈ ਮੈਨੂੰ ਗੱਡੀ ਨਾ, ਅਗਰ ਇਹ ਸੁਬਹਾ ਨਿਕਲਣ ਤੇ ਰਾਤ ਨੂੰ ਵਾਪਸ ਆਉਣ, ਮਤਲਬ ਚਲੋ 8 ਵਜੇ ਤੱਕ ਆ ਜਾਏ, ਸਿਰਫ 500 ਰੁਪਈਆ ਬਣਦਾ ਹੈ। ਅੱਲਾ ਜਾਣੇ ਕੀ ਕਰਦਾ ਕੀ ਬਣਦਾ। ਇੰਨੀਆਂ ਸਵਾਰੀਆਂ ਹੁਣ, ਅਸੀਂ ਪਰਸੋਂ ਗਈਆਂ ਵਾ, ਉਹਨੇ 80 ਰੁਪਏ ਲਏ ਨੇ ਸਾਡੇ ਪਾਸ, ਸਿਰਫ ਇਸ ਜਗ੍ਹਾ ਤੇ ਗਏ ਤੇ ਉੱਥੋਂ ਵਾਪਸੀ ਖਾਲੀ ਤੇ ਨਹੀਂ ਆ ਸਕਦਾ। ਬਸ ਇਹਨਾਂ ਦੀਆਂ ਗੱਲਾਂ ਹੀ ਨੇ ਨਾ। ਉਹ ਫਿਰ ਉਹਨੇ ਆਖਿਆ ਭਾਈ ਤੂੰ ਕਿਸ਼ਤਾਂ ਤੇ ਜ਼ਰੂਰ ਲੈਣੀ ਹੈ, ਤੂੰ ਸ਼ਹਿਜ਼ਾਦ ਵਾਲੀ ਗੱਡੀ ਨਹੀਂ ਲੈ, ਉਹਦੀਆਂ ਕਿਸ਼ਤਾਂ ਰਹਿੰਦੀਆਂ ਨੇ, ਸਾਡੀ ਵੀ ਰਹਿੰਦੀਆਂ ਨੇ ਜੀ। ਅੱਛਾ, ਆਖਣ ਲੱਗਾ ਉਹਦੀ ਕਿਸ਼ਤ ਤਾਰ ਛੱਡਿਆ ਕਰ ਤੇ ਗੱਡੀ ਇਹੋ ਹੀ ਲੈ ਲੈ। ਉਹਨੇ ਕਿਹਾ ਚੱਲ ਠੀਕ ਹੈ। ਅੱਛਾ, ਹੁਣ ਗੱਡੀ ਉਹਨੇ ਉਹ ਲਈ ਹੈ, ਇਹ ਹੁਣ ਪਿਛਲੇ ਹਫ਼ਤੇ ਦੇ ਕੇ ਆਇਆ ਉਹਨੂੰ ਭੈਣ ਨੂੰ ਕਮੇਟੀ 1000 ਰੁਪਇਆ ਪਿਛਲੇ ਦਿਨ, ਹੈਂ 2000 ਰੁਪਇਆ ਲੈ ਕੇ ਜਦੋਂ ਮੁੰਡਾ ਨਹੀਂ ਆਇਆ, 2500 ਪਿੱਛੇ ਕੀ ਜੀਏਗਾ ਤੇ 1000 ਦੇ ਕੇ ਆ ਤੇ 1000 ਤੈਨੂੰ ਭੈਣ ਕੱਲ੍ਹ ਦੇ ਕੇ ਜਾਵਾਂਗਾ 2 ਦਿਨ ਠਹਿਰ ਕੇ। ਉਹ ਆਉਂਦੀ ਤੂੰ ਕਿਸ਼ਤ ਭਰਾ ਨਹੀਂ ਤਾਂ ਆਦੀ, ਮੈਂ ਤੁਹਾਨੂੰ ਮੈਂ ਆ ਕੇ ਤੇ ਗਿਆ ਸਾਂ ਕਿ ਕਿਸ਼ਤ ਮੈਂ ਅਗਲੇ ਮਹੀਨੇ ਤਾਰਾਂ ਦਾ, ਮੈਂ ਆਖਿਆ ਤੈਨੂੰ ਮੈਂ ਆਖਿਆ ਸੀ ਕਿ ਕਿਸ਼ਤਾਂ ਆਉਂਦੀਆਂ ਨੇ, ਉਹ ਤੇਰੇ ਬਾਈ ਨੂੰ ਉਹਨੇ ਲੋਕ ਫੋਨ ਕੀਤਾ ਕਿ ਤੁਹਾਡੀ ਕਿਸ਼ਤ ਨਹੀਂ ਆਈ। ਚਲੋ ਫਿਰ 2-4 ਦਿਨ ਠਹਿਰ ਕੇ ਕੁਛ ਲਾਉਂਦਾ ਵਾ ਸਾਹਿਬ, ਭੈਣ ਖਰਚੇ ਹੀ ਬੜੇ ਨੇ, ਬਚਦਾ ਹੀ ਕੁਛ ਨਹੀਂ। ਕਿਸ਼ਤਾਂ ਕਿੰਨੀਆਂ, ਕਿੰਨੇ ਦੀ ਕਿਸ਼ਤ ਹੈ? 5000। ਅੱਛਾ, ਵੇਖੋ ਕੀ ਕੀਤਾ ਸੀ ਕੀ ਨਹੀਂ ਕੀਤਾ। ਮੈਂ ਚੁੱਪ ਕਰਕੇ ਸਾਧੀਆਂ ਨੂੰ ਪੁੱਛਿਆ, ਮੈਂ ਚੁੱਪ ਕਰਕੇ ਸੁਣ ਕੇ, ਚਲੋ ਠੀਕ 50 ਦੀ ਵੀ ਲਾ, ਕਿੱਥੇ 1,00,000 ਤੇ 10 ਤੇ ਕਿੱਥੇ 50 ਸਾਲ ਉਹਨੇ ਚਲਾਈ ਹੈ ਨਾ, ਉਹ ਗੱਡੀ ਦੇ ਪੱਲੇ ਹੀ ਕੱਖ ਨਹੀਂ ਛੱਡਦਾ। ਅੱਛਾ, ਜਿਹੜਾ ਨਾ ਬੜੀ ਭੈੜੀ ਬਣਦਾ, ਇਹ ਚਾਂਦ ਵੀ ਭੈੜੀ ਬਣਦਾ, ਪਰ ਚਾਂਦ ਇਹ ਗੱਡੀ ਜਦੋਂ ਸਾਫ਼ ਕਰਨ ਲੱਗਦਾ ਨਾ, ਉਹ 2-2, 3-3 ਘੰਟੇ ਲਾ ਕੇ ਨਾ ਗੱਡੀ ਨੂੰ ਸਾਫ਼ ਕਰਦਾ। ਅੱਛਾ, ਇਹ ਗੱਡੀ ਬੜੀ ਸਫਾਈ ਰੱਖਦਾ ਗੱਡੀ। ਆਂਹਦੀ ਇੱਕ ਵਾਰ ਪਰਸੋਂ ਕੱਢੀ ਤੂੰ 600 ਰੁਪਇਆ ਦਿੱਤਾ ਸੋ, ਰਾਤੀ 6 ਵਜੇ ਲੈ ਕੇ ਗਿਆ ਤੇ 8 ਵਜੇ ਲਿਆਇਆ ਤੇ ਸਾਨੂੰ 1 ਰੁਪਇਆ ਉਹਨੂੰ ਸਰਾਤੀ ਦਿੱਤਾ। ਹੁਣ ਆਇਆ ਪੀ ਪੂ ਕੇ ਤੇ ਹੁਣ ਨਹਾਉਣ ਡਿਆ। ਮੈਂ ਤੂੰ ਉਹਦੇ ਨਾਲ ਕੋਈ ਗੱਲ ਨਹੀਂ ਕਰਨੀ, ਕੋਈ ਬਾਤ ਨਹੀਂ ਕਰਨੀ, ਤੇਰੇ ਕੋਲ ਤੇ ਨਹੀਂ ਨਾ ਹੁਣ ਕੋਈ ਮੰਗਦਾ, ਲੜਾਈ ਨਾ ਕਰੀ ਉਹਦੇ ਨਾਲ। ਚਲੋ ਠੀਕ, ਮੈਂ ਇਹਨੇ ਨਹੀਂ ਸੁਧਰਨਾ ਆਉਂਦੀ ਹੈ, ਹੁਣ ਤਾਂ ਆਪਣੇ ਆਪ ਨੂੰ ਸੁਧਾਰਨਾ ਪੈਣਾ। ਜੇ ਤੂੰ ਆਖੇ ਕਿ ਮੈਂ ਉਹਦੇ ਨਾਲ ਲੜਾਈਆਂ ਝਗੜਾ ਕਰਾਂ ਤਾਂ ਛੱਡ ਦੇਗਾ, ਅੱਗੇ ਲੜਦੀ ਹੁੰਦੀ ਨਾ ਤੇ ਡਰ ਜਾਂਦਾ ਹੁੰਦਾ ਕਿ ਤੁਰ ਨਾ ਜਾਏ। ਨਸ਼ਾ ਹੀ ਨਾਗ ਲੱਗ ਗਿਆ ਉਹਨੇ ਕਿਤੇ ਛੱਡਣਾ। ਮੈਂ ਆਖਿਆ ਮੈਂ ਵਾਸ਼ਰੂਮ 'ਚ ਚੱਲੀ ਹਾਂ ਤੇ ਬੰਦ ਕਰ। ਕਹਿੰਦੇ ਸੀ ਕੱਲ੍ਹ ਤੁਸੀਂ ਜਦੋਂ ਕੀਤਾ ਉਦੋਂ ਮੈਂ ਸਵੇਰਾ ਘਰ ਗਈ ਸੀ, ਉਹਨੇ ਬੁਲਾਇਆ। ਆਹੋ, ਅਸੀਂ ਬੈਂਕ 'ਚ ਗਈ ਸੀ ਤੇ ਬਾਲਾਂ ਦੇ ਕੋਲ ਕੁੱਤੀ ਨੂੰ ਛੱਡ ਜਾਂਦੀ ਹੈ, ਜਾਂ ਫਿਰ ਇਕੱਲੀ ਤਾਂ ਨਹੀਂ ਸੁਣਾ ਜਾਣਾ ਹੁੰਦਾ। ਫਿਰ ਨਾਲ ਆਏ, ਆਹੋ ਮੈਨੂੰ ਫੋਨ ਕੀਤਾ ਸੀ ਕਿ ਆਪੀ ਜ਼ਰਾ ਆਓ ਮੇਰੇ ਨਾਲ ਬੈਂਕ 'ਚ ਮੈਂ ਜਾਣਾ। ਉਹ ਤਾਂ ਫਾਹਾ ਨਾ ਜਾਂਦੀ ਦੋਸਤੀ ਖਾਸ, ਇਹ ਵੀ ਫਾਹਦ ਨੂੰ ਬਾਅਦ ਨੂੰ ਪਰ ਉਹ ਖਾਸ ਕੰਮ ਹੋਵੇ ਫਿਰ ਫਾਹਦ ਨੂੰ ਫੋਨ ਕਰਦੀ, ਕਿਤੇ ਜਾਣਾ ਜੂਣਾ ਹੋਵੇ, ਕਿਤੇ ਮਾਰਕੀਟ ਜਾਣਾ ਹੋਵੇ ਤਾਂ ਫੋਨ ਕਰਦੀ ਮੈਨੂੰ। ਮੈਂ ਹੋਵਾਂ ਤਾਂ ਮੈਨੂੰ ਆਪੇ ਦੀ ਆਂਟੀ ਆ ਜਾਓ ਜ਼ਰਾ, ਜੇ ਨਾ ਹੋਵੇ ਫਿਰ ਮਹਾਂਦੀ ਆਪੀ ਆਓ ਤੁਸੀਂ। ਭਲਾ ਉੱਥੋਂ ਦੀ ਏਡੀ ਸਾਫ਼ ਸੁਥਰੀ ਜ਼ਿੰਦਗੀ ਛੱਡ ਕੇ ਤੇ ਇੱਥੇ ਆਵਾਂਗੀ, ਉੱਥੇ ਕਿਹੜਾ ਕੋਈ ਉੱਥੇ ਆਂਟੀ ਜਿੰਨਾ ਅਸੀਂ ਕਮਾਉਂਦੇ ਸਾਂ ਨਾ, ਓਨਾ ਹੀ ਖਰਚ ਹੋ ਜਾਂਦਾ ਸੀ। ਸਾਰੀ ਜ਼ਿੰਦਗੀ ਅਸਾਂ ਉੱਥੇ ਤੇ ਫਾਇਆ ਲੱਗੇ ਰਹਿਣਾ, ਉਹ ਘਰ ਵੀ ਤੇ ਬਣਾਉਣਾ ਹੈ ਨਾ। ਉਹ ਮੈਂ ਕਿਹਾ ਮੈਂ ਜਾਣਾ ਹੀ ਪਾਕਿਸਤਾਨ, ਆਉਂਦਾ ਸਮੇਂ ਤੋਂ ਊਂ ਨਹੀਂ ਸਾਨੂੰ ਦਿੰਦੇ ਆਉਂਦੇ ਸਰ, ਪੂਰਿਆਂ ਦੀ ਨਾ ਤਾਂ ਬੀਬੀਆਂ ਨਹੀਂ ਜਾਣ ਦੇਣਾ। ਆਉਂਦੀਆਂ ਫਿਰ ਇੱਕ ਪਾਕਿਸਤਾਨੀ ਸੀ, ਉਹ ਤਾਂ ਮੰਨਿਆ ਕੋਈ ਨਾ, ਤੇ ਇੱਕ ਉੱਥੋਂ ਦਾ ਹੀ ਸੀ ਅਰਬੀ, ਉਹਨੇ ਫਿਰ ਸਾਰਾ ਕੰਮ ਕਰਾਇਆ। ਤੇ ਸਮੀ ਨੂੰ ਗੁੱਸੇ ਚੜ੍ਹ, ਮੈਂ ਉਹਦੇ ਨਾਲ ਗੱਲ ਕਰਾਂ ਨਾ, ਸਮੀ ਨੂੰ ਗੁੱਸੇ ਚੜ੍ਹ ਕੇ ਉਹਦੇ ਨਾਲ ਕਿਉਂ ਗੱਲ ਕਰਨੀ। ਆਉਂਦੀ ਉਹਨੇ ਕਿਹਾ ਤੁਹਾਡੇ ਪਾਕਿਸਤਾਨੀ ਤੇ ਤੁਹਾਡੀ ਗੱਲ ਸੁਣੀ ਕਹਿੰਦੀ ਮੈਂ ਅਰਬੀ ਨੂੰ। ਅੱਛਾ, ਆਉਂਦੀ ਫਿਰ ਉਹਨੇ ਹੈਲਪ ਕਰਾਈ,
ਤੇ ਫਿਰ ਅਸੀਂ ਆਏ, ਮੈਨੂੰ ਨਹੀਂ ਸੀ ਉਮੀਦ, ਅਸੀਂ ਆਖਿਆ ਚੱਲ ਚੱਲ ਚੱਲੀਏ ਵਾਪਸ, ਮੈਂ ਆਖਿਆ ਮਹੀਨਾ ਇੱਥੇ ਰਹਿ ਗਿਆ, ਇੱਥੋਂ ਤੋਂ ਵੀ ਸਾ ਕਾਗਜ਼ ਲੈ ਲੈਣ, ਫਿਰ ਉਹਨਾਂ ਆਖਣਾ ਨਿਕਲੋ ਫਾਇਦਾ ਉੱਥੇ ਘਰ ਆਪਣਾ ਹੀ ਨਾ ਨਹੀਂ ਵਰਕਸ਼ਾਪ ਆਪਣੀ ਨੇ ਕਹਿੰਦੇ ਉਦੋਂ ਹੁਣ ਕਿਰਾਏ 'ਤੇ ਲਿਆ ਸੀ ਨਾ ਮਕਾਨ, ਫਿਰ ਇਹਨੂੰ ਵੀ ਨਾ ਬਹਾਰ ਚੜ੍ਹਦਾ ਰਿਹਾ, ਕਹਿੰਦੇ ਸੀ ਨਾ ਬਾਜੀ ਨੇ ਕਿ ਉਹ ਰਜ਼ਾਕ ਸੀ ਅਤੇ ਉਹ ਕੁੰਡਾ ਆਇਆ ਅਤੇ ਇਹਨੂੰ ਬੁਖਾਰ ਹੋ ਗਿਆ, ਨਜ਼ਲਾ ਜ਼ੁਕਾਮ ਹੋ ਗਿਆ, ਦੱਸਿਆ ਆ ਕਿੰਨਿਆਂ ਮੁੰਡਿਆਂ ਨੂੰ ਹੋ ਗਿਆ ਨਾ ਬਾਹਰ ਬਹੂ, ਇਹ ਫਿਰ ਆਉਣ ਤੋਂ ਬਾਅਦ ਕਿਹੜੇ ਹੁੰਦੇ, ਇਹ ਤਾਂ ਹੁੰਦੇ ਹੀ ਸਮੀ ਨੂੰ ਬੁਖਾਰ ਹੋ ਗਿਆ ਅਤੇ ਉਹ ਸਮੀ ਆਖਣ ਲੱਗਾ ਕਰੋਨਾ ਬੜਾ ਅਤੇ ਆਪਣੇ ਬੱਚਿਆਂ ਨੂੰ ਲੱਗਦਾ ਸੀ ਨਾ ਕਮਰੇ 'ਚ ਰਹਿਣ ਲੱਗ ਪਿਆ ਅਤੇ ਮੈਨੂੰ ਆਰਾਮ ਆ ਗਿਆ, ਅਤੇ ਫਿਰ ਹਾਂਜੀ ਮੈਂ ਆਖਿਆ ਚਲ ਨਹਾ ਕੇ ਨਹਾ ਧੋ ਕੇ ਬੈਠੇ ਹੋ ਅਤੇ ਬੱਚੇ ਜਿਹੜੀ ਮਰਜ਼ੀ ਆ ਮੈਂ ਪਿਓ ਕੋਈ ਖਾਂਦੀ ਪੀਂਦੀ ਸੀ, ਅੱਛਾ ਆਹੋ ਨਹੀਂ ਮੈਂ ਆਖਿਆ ਚੱਲ ਖਵਾ ਚੜਾ ਤਾਂ ਨਹੀਂ ਨਹੀਂ ਲੈ ਚੱਲ ਉੱਧਰ ਆਪਣੇ ਕਮਰੇ 'ਚ, ਉਹ ਬਾਲਾਂ ਨਾਲ ਬੜਾ ਕਰਦਾ, ਬਾਲਾਂ ਨਾਲ ਬੜਾ ਕਰਦਾ, ਕਹਿੰਦੀ ਅੱਲਾ ਕੀਤਾ ਉਹ ਆਂਟੀ ਉਹਨਾਂ ਪਰਹੇਜ਼ ਕਰਕੇ ਦੋ ਚਾਰ ਦਿਨ ਦਵਾਈ ਦਵੂਈ ਖਾਧੀ ਬੁਖਾਰ 'ਚ ਲੱਥ ਗਿਆ, ਚਸ਼ਮਾ ਦੱਸਦੇ ਸੀ ਰਜ਼ਾਕ ਬਾਈ ਨੇ ਤੇ ਮੇਰੇ ਦਲ ਸਰ ਵੀ, ਆਹੋ ਮੈਂ ਕਿਹਾ ਮੈਂ ਤਾਂ ਜਿੰਨੀਆਂ ਬੀਬੀਆਂ ਉੱਥੇ ਆਈਆਂ ਸਨ ਨਾ ਸਾਰੀਆਂ ਮੇਦੇ ਦੀਆਂ ਮਰੀਜ਼ ਨੇ, ਮੇਦਾ ਕਿਸੇ ਨੇ ਸ਼ੂਗਰ, ਇੱਕ ਬੀਬੀ ਬੁਰਾ ਪਾ ਕੇ ਆਉਂਦੀ ਕਹਿੰਦੀ ਹੈ ਮੇਰਾ ਉਹਦੇ 50 ਕਿਲੋ ਵਜ਼ਨ ਘੱਟ ਗਿਆ, ਮੈਂ ਤਾਂ ਖਾਣਾ ਪੀਣਾ ਹੀ ਛੱਡ ਗਈ ਸੀ ਅਤੇ ਆਹ ਹੁਣ ਇਲਾਜ ਕਰਾਇਆ ਅਤੇ ਹੁਣ ਮੈਂ ਕੁਛ ਬਿਹਤਰ ਹੋਈ ਹਾਂ ਅਤੇ ਹੁਣ ਮੇਰੇ ਪੁੱਤਰ ਮੈਨੂੰ ਲੈ ਕੇ ਆਉਂਦੇ, ਪੁੱਤਰ ਇੰਝ ਲੱਗਦਾ ਜਿਵੇਂ ਉੱਤਰਾ ਸ਼ਬਾਜ਼ ਸ਼ਰੀਫ ਨਹੀਂ ਹੁੰਦਾ, ਅੱਛਾ ਉੱਤਰਾ ਵੀ ਪਤਲਾ ਜਿਹਾ ਸਮਾਲ ਜਿਹਾ ਬੜਾ ਸੋਹਣਾ ਜਿਹਾ, ਕਹਿੰਦੀ ਜਿਹੜੇ ਮਕਾਨ ਕਿਰਾਏ 'ਤੇ ਦੁਕਾਨਾਂ ਚੜ੍ਹੀਆਂ ਸਨ ਉਹ ਕਿਰਾਇਆ ਨਹੀਂ ਸਨ ਦਿੰਦੇ ਹਾਜ਼ੀਰਾਂ, ਕਹਿੰਦੀ ਮੈਂ ਕਿਹਾ ਸਹੀ ਹੋਈ ਹਾਂ ਚੱਲ ਮੈਨੂੰ ਨਾਲ ਲੈ ਕੇ ਕੰਮ ਵਾਲੀ ਨੂੰ ਰਕਸ਼ਾ ਗੱਡੀ 'ਤੇ ਗਈ, ਮੈਂ ਆਖਿਆ ਕਰੋ ਇਹਨਾਂ ਦੀਆਂ ਲਾਈਟਾਂ ਬੰਦ ਅਤੇ ਕਰੋ ਇਹਨਾਂ ਦਾ ਗੈਸ ਬੰਦ, ਨਹੀਂ ਸਾਨੂੰ ਮਾਫ਼ ਕਰ ਦਿਓ ਲੋਕਡਾਊਨ ਦੀ ਵਜ੍ਹਾ ਕਰਕੇ ਸਾਡੇ ਕੋਲ ਕਿਰਾਇਆ ਕੋਈ ਨਹੀਂ ਹੈ, ਕਹਿੰਦੀ ਮੈਂ ਕਿਹਾ ਖਾਂਦੇ ਬਾਂਦੇ ਵੀ ਤੂੰ ਹੈ ਨਾ ਕਿਰਾਏ ਵਾਲੀ ਤੁਹਾਡੇ ਕੋਲ ਕਿਰਾਇਆ ਕੋਈ ਨਹੀਂ ਹੈ, ਅਤੇ ਕਹਿੰਦੀ ਮੈਂ ਆਖਿਆ ਚਲੋ ਉੱਠਣੀ ਨੂੰ ਨਾਲ ਲੈ ਗਈ ਸਾ ਕੰਮ ਵਾਲੀ ਨੂੰ, ਮੈਂ ਆਖਿਆ ਚੱਲ ਇਹਨਾਂ ਦਾ ਨਾ ਗੈਸ ਬੰਦ ਕਰ ਅਤੇ ਇਹਨਾਂ ਦੀ ਬਿਜਲੀ ਬੰਦ ਕਰ, ਨਹੀਂ ਨਾ ਦੇਂਦੇ ਕਿਰਾਏ ਤਾਂ ਬੰਦੇ ਬਸ ਕਰਨ ਜਾ, ਕਹਿੰਦੀ ਇੱਕ ਇੱਕ ਮਹੀਨੇ ਦਾ ਕਿਰਾਇਆ ਬੰਦ ਕੀਤਾ ਮਾਫ਼ ਕੀਤਾ ਅਤੇ ਹੁਣ ਆਉਂਦੇ ਨਾ ਅੱਧਾ ਅੱਧਾ ਕਰੋ, ਕਹਿੰਦੀ ਮੈਂ ਆਖਿਆ ਨਹੀਂ ਕਰਨਾ, ਕਹਿੰਦੀ ਇਹ ਸਾਰੇ ਕੱਢ ਲਿਆਈ ਫਿਰ, ਅਤੇ ਮੈਂ ਘਰ ਪੈਸੇ ਲੈ ਕੇ ਆਈ ਅਤੇ ਆਦੀ ਕਹਿੰਦਾ ਕਿਸ ਕੀ ਕੀਤਾ ਕੀ ਉਹਨਾਂ ਨੂੰ ਆਖੇ ਜਿਹੜਾ ਉਹਨਾਂ ਤੈਨੂੰ ਸਾਰਾ ਕਿਰਾਇਆ ਦੇ ਦਿੱਤਾ, ਕਹਿੰਦੀ ਮੈਂ ਕਿਹਾ ਇਹ ਮੇਰੀ ਉਹਨਾਂ ਨਾਲ ਔਖੀ ਹੋ ਪਏ, ਉਹ ਭਾਈ ਭਲਾਵਾਂ ਨਾ ਸੁਣਿਆ ਉਹ ਤਰਸਿਆ ਆ ਗਿਆ ਉਹਨੇ ਉਹਨੂੰ ਉਹਨਾਂ ਨਹੀਂ ਦਿੱਤਾ, ਇਹ ਵੀ ਤੇ ਬਾਜੀ ਨੇ ਜਦੋਂ ਲੱਥੀਆਂ ਨਹੀਂ ਨਾ ਖਵਾਉਣਾ ਤਾਂ ਦੇਣ ਦੀ ਵਾਰੀ ਹੈ ਕਹਿ ਦੇਣਾ ਕਿ ਸਾਡੇ ਕੋਲ ਹੈ ਨਹੀਂ, ਹਾਂ ਨਹੀਂ ਅੱਜ ਮੈਂ ਲੈ ਕੇ ਆਈ ਹਾਂ ਸਾਰੇ ਖਾਣ ਪੀਣ ਦਾ ਬੇਕਰੀ ਦਾ ਅਤੇ ਹੋਰ ਸਾਰਾ ਸਬਜ਼ੀ ਵਾਲਾ ਪਰਚੂਨ ਇਹ ਦੁਕਾਨਾਂ ਤਾਂ ਬੰਦ ਹੋਈਆਂ ਹੋਈਆਂ ਨਹੀਂ, ਇਹਨਾਂ ਨੇ ਸਗੋਂ ਡਬਲ ਦਿਹਾੜੀਆਂ ਲਾਈਆਂ ਨੇ ਹਰ ਚੀਜ਼ ਮਹਿੰਗੀ, ਅਤੇ ਕਈਆਂ ਦਾ ਜਿਹੜਾ ਨਾ ਇਸ ਦੌਰਾਨ ਨਾ ਕਰੋਨਾ ਦੇ ਦੌਰਾਨ ਜਿਹੜਾ ਆਨਲਾਈਨ ਕੰਮ ਨਹੀਂ ਹੁੰਦਾ ਉਹ ਜ਼ਿਆਦਾ ਵੱਧ ਗਿਆ ਸੀ, ਰਾਸ ਆਇਆ ਕਈਆਂ ਨੇ ਕਰੋਨਾ, ਆ ਮੀਰ ਵਿਚਾਰੀ ਨੇ ਵੀ ਨਾਨੀ ਦੇ ਸੂਟ ਉੱਤੇ ਤਸਵੀਰਾਂ ਖਿੱਚ ਖਿੱਚ ਕੇ ਰੇਟ ਲਾ ਲਾ ਕੇ, ਹਾਂ ਅੱਛਾ ਹਾਂ ਕੁਛ ਵੀ ਨਾ ਹੋਇਆ, ਹਮ ਆਪਣੀ ਨਾਨੋ ਕੀ ਹੈਲਪ ਕਰੇਂਗੇ, ਰਾਤੀ ਮੁਕੱਦਸ ਨੂੰ ਦੇਂਦੇ ਨਾ ਜਿਵੇਂ ਬਾਜ਼ਾਰ ਗਿਆ ਸੀ ਉਹ ਵੀ ਵੇਖ ਆਉਂਦਾ ਜਿੱਥੇ ਤੋਂ ਭਾਈ ਨੇ ਸਾਨੂੰ ਐਡਰੈਸ ਦਿੱਤਾ, ਉਹ ਸਾਈਡ ਤੇ ਨਹੀਂ ਸਨ ਬਾਜੀ ਗਏ, ਅੱਛਾ ਹਾਂ ਉਹ ਸਾਈਡ ਵੱਖਰੀ, ਉਹ ਜਿਹੜੀ ਸਾਈਡ ਹੈ ਨਾ ਸ਼ਾਲਮੀ ਵਾਲੀ, ਅੱਛਾ ਫੈਜ਼ਾ ਵਾਲੀ ਸਾਈਡ, ਅੱਛਾ ਫੈਜ਼ਾ ਦੇ ਘਰ ਦੇ ਕੋਲ ਲੱਗਦਾ, ਫੈਜ਼ਾ ਦੇ ਘਰ ਵੱਲ ਜਾਈਏ, ਆਹੀ ਤਾਂ ਕੁਛ ਨਹੀਂ ਪਤਾ ਸੀ ਮੇਰੇ ਕੱਪੜੇ ਆਉਣੇ, ਬਾਜੀਆਂ ਦੇ ਸਾ ਫਿਰ ਰਹਿੰਦੇ ਹੀ ਉਹ ਅਗਲੇ ਸਾਲ ਹੁਣ ਪਾ ਲਏ ਜੀ ਹਿਸਾਬ ਲਾ, ਜੇ ਗਰਮੀ ਹੈ ਨਹੀਂ ਜੇ ਪਏ ਜਾਣੇ ਮੈਂ ਚੁੱਪ ਗਿਆ, ਹਾਂ ਚਲੋ
ਆ ਸਹੀ ਗੱਲ ਕੋਈ ਜ਼ਬਰਦਸਤੀ ਸਰੀ ਨਾ ਇਸ ਮੈਂ ਲੈਣ ਗਈ ਸਾਂ ਬਾਜੀ ਕੋ ਤੇ ਬਾਜੀ ਨੇ ਨਹੀਂ ਸਾਂ ਸਿੱਟੇ ਤੇ ਬਾਜੀ ਨੂੰ ਆਖੀ ਇੱਥੇ ਛੱਡ ਜਾਣ ਮੈਂ ਕਿਹਾ ਬਾਜੀ ਨਿਕਲ ਆਏ ਨੇ ਮੈਂ ਉਹਨਾਂ ਨੂੰ ਕੀ ਆਖਾਂ ਆਉਂਦੇ ਸਾਂ ਸਿਰਫ ਸ਼ਾਲੂ ਦਾ ਸੀ ਔਰ ਮੁੰਡੇ ਦਾ ਔਰ ਸੀ ਛੜਿਆ ਨੇ ਤੇ ਕੁੜੀ ਦਾ ਰਹਿ ਗਿਆ ਸੀ ਤੇ ਕਹਿੰਦੇ ਸਾਂ ਸਭਾ ਮੈਂ ਉੱਥੇ ਆ ਕੇ ਸੀ ਲਾਂਗੇ ਉਦੋਂ ਤੁਸੀਂ ਨਿਕਲ ਆਏ ਸੋ ਸਲਮਾਨ ਭਾਈ ਦੇ ਨਾਲ ਨਾ ਉਹਨਾਂ ਦੇ ਘਰ ਸੋ ਅੱਛਾ ਜੇ ਮੈਂ ਫੋਨ ਨਹੀਂ ਤੁਹਾਨੂੰ ਕੀਤਾ ਬਾਜੀ ਦੇ ਨਿਕਲੇ ਨੇ ਤੁਸੀਂ ਕਿਹਾ ਕਿ ਸਲਮਾਨ ਨੇ ਨਾ ਦੋਸਤ ਦੇ ਨਾਲ ਜਾਣਾ ਹੈ ਐਨਕ ਬਣਵਾਉਣੀ ਹੈ ਸ਼ਾਇਦ ਉਹ ਐਨਕ ਬਣੀ ਦਿੱਤੀ ਸੀ ਉਹਨੇ 9 ਵਜੇ ਰਾਤ ਨੂੰ ਮਿਲਣੀ ਤੇ ਉਦੋਂ ਬਾਜੀ ਦੇ ਨਾਲ ਮੇਰੀ ਗੱਲ ਹੋਈ ਨਾ ਤੇ ਬਾਜੀ ਆਂਦੇ ਨੇ ਬਾਜੀ ਨੂੰ ਕਹੀ ਸੁਕੇ ਰਹਿਣ ਦੇ ਕੈਪਾ ਲਵਾਉਂਦੀ ਸੀ ਮੈਂ ਪਵਾ ਕੇ ਲੈ ਕੇ ਜਾਣੇ ਨੇ ਉਹ ਕੱਪੜੇ ਫਿਰ ਬਾਜੀ ਨੇ ਸੀਤੇ ਨਹੀਂ ਸਨ ਤੇ ਫਿਰ ਦੂਸਰੇ ਪਵਾ ਕੇ ਲੈ ਅਸੀਂ ਐਵੇਂ ਜਾਣ ਕੇ ਸੀ ਲੈਂਦੀ ਤੇ ਸੀਪ ਜਾਣੇ ਸਾਂ ਇਹ ਦੁਪੱਟੇ ਦੇ ਚੱਕਰਾਂ 'ਚ ਲੱਗੀ ਨਾ ਉਹਦੇ ਕੱਪੜੇ ਨਾ ਸੀ ਨਾਲੇ ਤੁਹਾਨੂੰ ਐ ਸੀ ਨਾ ਕਿ ਮੈਂ ਸਭਾ ਖੁਦਾਣਾ ਤੇ ਚਲੋ ਉੱਥੇ ਜਾ ਮੈਂ ਕਿਹਾ ਉਹਦੀ ਮਸ਼ੀਨ ਸਹੀ ਹੁੰਦੀ ਉੱਥੇ ਮੈਂ ਜਾ ਕੇ ਸੀ ਲਾਂਦੀ ਚੱਲ ਮੈਂ ਆਪਣਾ ਦੁਪੱਟਾ ਪੂਰਾ ਕਰ ਲਾਂ ਆਹ ਮੈਨੂੰ ਨਹੀਂ ਹੋਈ ਆਖਿਆ ਸੀ ਬਾਜੀ ਫਿਰ ਰਹਿਣ ਦਿਓ ਜੇ ਨਾ ਖੜੀ ਮੈਂ ਕਿਹਾ ਤਾਂ ਸਭਾ ਆਉਂਦੀ ਸੀ ਆਪੀ ਮੈਂ ਕਿਹਾ ਉੱਥੇ ਆਉਂਦੀ ਜਾਂਦੀ ਅਸੀਂ ਨਾ ਵੀ ਗਏ ਤੇ ਸਭਾ ਉੱਥੇ ਜਾਣਾ ਸਾਡਾ ਕੋਈ ਧੀ ਧਿਆ ਨਹੀਂ ਖਾਲੀ ਤੇ ਨਹੀਂ ਨਾ ਹੈ ਜਾਣਾ ਹੈ ਕਮ ਸੇ ਕਮ 5,000 ਬੰਦਾ ਦੇ ਤੇ ਤਾਂ ਹੈ ਹੈ ਤੇ ਮੈਂ ਆਖਿਆ ਜੇ ਉੱਥੇ ਗਏ ਤੇ ਦੇਵਾਂਗੇ ਨਾ ਗਏ ਤੇ ਆਪੀ ਆਉਂਦੀ ਰਹਿੰਦੀ ਮਾਮੀ ਵੱਲ ਆਪੀ ਲੈ ਜਾਏਗੀ ਆ ਕੇ ਚਲੋ ਠੀਕ ਹੈ ਫਿਰ ਜਿਵੇਂ ਤੁਸੀਂ ਆਉਂਦੇ ਮੈਂ ਤੇ ਬਾਲਾਂ ਨੂੰ ਪਵਾ ਲਿਆ ਨਾ ਧੋਣ ਪੈਣਗੇ ਇਹ 4 ਦਿਨ ਪਾਏ ਜਾਣੇ ਅਗਲੇ ਸਾਲ ਇਨਸ਼ਾਅੱਲਾ ਇਹਨਾਂ ਨੂੰ ਪੂਰੇ ਹੋਣਗੇ ਨਹੀਂ ਉਹ ਜਿਹੜਾ ਬਾਜੀ ਹੈ ਨਾ ਹੈ ਨਾ ਉਹ ਇਹਨਾਂ ਨੂੰ ਛੋਟਾ ਹੀ ਹੈ ਨਾ ਜਿਹੜੇ ਨਹੀਂ ਉਹ ਮੈਂ ਥੱਲਿਓ ਭੰਨਿਆ ਉਹ ਥੱਲਿਓ ਭੰਨਿਆ ਵਾ ਵੱਡਾ ਨਿੱਕੀਆਂ ਵੀ ਸੱਜ ਜਾਂਦੀਆਂ ਨੇ ਆਹੋ ਨਹੀਂ ਥੱਲਿਓ ਵੱਡਾ ਵੱਡਾ ਭੰਨਿਆ ਉੱਤੋਂ ਵੀ ਵੱਡਿਆ ਉਹ ਜਦੋਂ ਅਗਲਾ ਸਾਲ ਆਏਗਾ ਨਾ ਇਨਸ਼ਾਅੱਲਾ ਮੈਂ ਉਹਨਾਂ ਨੂੰ ਵੱਡਿਆ ਕਰ ਦਿਆਂਗੀ ਪਜਾਮੇ ਥੱਲੇ ਨੂੰ ਬਾਬਾ ਵੱਡੇ ਦੇ ਵਿੱਚ ਦੇ ਦੇ ਕੇ ਭੰਨੀ ਮੈਂ ਨਾ ਜਿਹੜੇ ਪਹਿਲੇ ਇਹਦੇ ਨਾਪ ਗਏ ਨਾ ਅਨਾਇਆ ਕੋਲ ਉਹਨਾਂ ਨਾਲ ਇੰਨਾ ਹੀ ਨੇ ਵੱਡੇ ਰੱਖੇ ਸਨ ਉਹ ਤੇ ਮਾਸ਼ਾਅੱਲਾ ਉਹਨੂੰ ਕਿੰਨਾ ਵੱਡਾ ਆਇਆ ਹਿਸਾਬ ਦਾ ਹੁਣ ਇੰਨਾ ਵੱਡਾ ਪਜਾਮਾ ਬਣਿਆ ਉਹਦਾ ਇੰਨਾ ਇਹ ਜਿਹੜਾ 28 ਬਣਾਇਆ ਮੈਂ ਤਿਆਰ ਲੰਮਾ ਹੋਣਾ ਵਧੀ ਅੱਗੇ ਤਾਂ ਉਹਨੂੰ ਨਿੱਕੇ ਨਿੱਕੇ ਹੁਣ ਥੜੀਆਂ ਬੜੂਥੜੀਆਂ ਪੂਰੀਆਂ ਆ ਜਾਂਦੀਆਂ ਹੁਣ ਨਹੀਂ ਆਉਂਦੀਆਂ ਹੁਣ ਇਹਦਾ ਕੱਦ ਵਧਿਆ ਲੰਮੂ ਦਾ ਆਰਾਮ ਨਾ ਵੀ ਲੰਬੀ ਜੇ ਤੇ ਖੁਸ਼ੀ ਨਾ ਵੀ ਲੰਬੀ ਆਹੋ ਨਹੀਂ ਮਾਸ਼ਾਅੱਲਾ ਕੱਦ ਕੱਢਿਆ ਸੋ